ਖਾ ਕੇ ਪਾਣੀ ਪੀਤਾ ਉਹ ਠੰਡਾ ਲੈ 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 ਕੱਪੜੇ ਪਾ ਲਾ ਤੂੰ ਅਦੇ ਅਜੀ ਲਫਾਫਾ ਆ ਲਫਾਫਾ ਦੇ ਮੈਂ ਕਿਹਾ ਪਰੀ ਕਰ ਗਏ ਨਾ ਮਾਮਾ ਇਹ ਤਾਂ ਮਿਰਚਾਂ ਆ ਕੁੱਟੀਆਂ ਵੀ ਹੈਗੇ ਹੈ ਤੇ ਮੈਂ ਉਹ ਕੁੱਟੀਆਂ ਪਾਣੀ ਲੱਭਣਾ ਡਿੱਗੀ ਚੀਜ਼ ਬੁਰਕੀ ਵੀ ਨੀ ਖਾਣੀ ਚਾਹੀਦੀ ਹੈ ਨਾ ਆਹੋ ਅੰਦਰ ਹੀ ਪੀਪੇ ਚ ਪਤਾ ਨਾ ਜਿੱਥੇ ਹੈਗਾ ਤੇ ਕਰਦ ਲਈਆਂ ਵੀ ਕਰਦ ਨਾਲ ਛੇਦਾ ਲਵਾਂਗੇ ਉਹ ਕੱਟ ਲਵਾਂਗੇ ਨਹੀਂ ਘਿਓ ਤੇ ਕੱਟਣਾ ਨਾ ਘਿਓ ਲਿਆਉਣੀਆਂ ਨਾ ਫੜ ਕੇ ਪੀਪੇ ਚ ਆ ਪੰਨੀ ਉਸੇ ਤਰ੍ਹਾਂ ਉਹਨਾਂ ਦੇ ਦਿਲ ਚ ਆ ਵੀ ਭੈਣ ਮਰ ਗਈ ਆ ਹੁਣ ਇਹ ਨਿਆਣੇ ਇਹਨਾਂ ਨੂੰ ਪਤਾ ਬੁੱਧੂ ਆ ਸਿੱਧੂ ਆ ਤੁਹਾਡੀ ਗੱਲ ਕਰਦੀ ਆ ਭੈਣ ਉਹਨਾਂ ਦੀ ਮਰ ਗਈ ਪੁੱਤ ਜੀ ਕਰਨਾ ਹੁਣ ਤੁਹਾਡੇ ਨਾਲ ਮਿਲਣ ਤਾਂ ਜੀ ਕਰਨਾ ਸਹੀ ਹੈ ਨਾ ਸਹੀ ਨਹੀਂ ਵੈਸੇ ਚਾਹ ਕੀਤਾ ਉਹਨਾਂ ਪੂਰੇ ਕਿੰਨੇ ਭਾਜੀ ਉਹਨਾਂ ਦੀ ਗੱਲ ਕਰਦੇ ਹੋ ਨਹੀਂ ਉਹਨਾਂ ਦੀ ਤੇਰੀਆਂ ਮਾਸੀਆਂ ਸੀ ਅੱਛਾ ਹਾਂ ਹੈ ਨਾ ਹਾਂ ਸਹੀ ਹੈ ਨਾ ਹੁਣ ਸਾਨੂੰ ਤਾਂ ਪਤਾ ਵੀ ਸਾਡੇ ਭਤੀਜੇ ਆ ਹੈ ਨਾ ਭਰਾ ਵੀ ਆ ਭਤੀਜੇ ਆ ਨਾ ਉਹਨਾਂ ਨੂੰ ਆਹ ਕਲਾਕਲ ਦੀ ਗੱਲ ਹੁੰਦੀ ਹੈ ਜਿੰਨੀ ਕਕਲ ਹੈ ਕਿਸੇ ਨੇ ਉਨੀ ਕੁ ਵੱਧ ਉਨੀ ਕੀ ਵੱਧ ਬੂਆ ਮਾਰ ਗਿਆ ਦੇਖ ਲੈ ਮਿਰਚੀ ਜਾ ਰਹੀ ਵੱਡੀ ਦਾ ਤੇ ਉੱਥੋਂ ਦਾ ਕਰਿਆ ਹੁੰਦਾ ਰਾਤ ਤੱਕ ਸਾਡਾ ਆਟਾ ਨਹੀਂ ਮੁੱਕਣ
ਮੰਮੀ ਨੂੰ ਤਾਂ ਹੀ ਆਖਿਆ ਮੈਂ ਕਿਹਾ ਤੂੰ ਵੀ ਹਾਜ਼ਰੀ ਲਵਾਇਆ ਹੈ ਨਾ ਐਵੇਂ ਆ ਕੇ ਪਤਾ ਕੀ ਬੈਠਾ ਜੋ ਬੱਚਾ ਪੜ੍ਹਾਉਣਾ ਪੜ੍ਹਦੀ ਬਾਵਾ ਆਇਆ ਮਾਸਟਰ ਨਾ ਇਹਨੂੰ ਪੜ੍ਹਦੀ ਬੜਾ ਜਿਆਦੀ ਨਾ ਉੱਥੇ ਥੋੜੇ ਭਰਜਾਈ ਆਉਣਾ ਤੇ ਆਖਣ ਭੈਣ ਜੀ ਤੁਸੀਂ ਪਾ ਦੋ ਸਾਨੂੰ ਲੂਣ ਮਿਰਚ ਪਾ ਕੇ ਪਕਾ ਦੇ ਤੰਦੂਰੇ ਪਕਾਉਣੀਆਂ ਰੋਟੀਆਂ ਤੋਂ ਚਲੋ ਹੁਣ ਲਾ ਦੇ ਚਿੰਤਾ ਲਿਆ ਤੂੰ ਆਲ ਹੈ ਚਿੰਤੇ ਹੈ ਦਿੱਕਤ ਨਾ ਚਿੰਤਾ ਉਹਨਾਂ ਨੇ ਮੁੰਡੀ ਸਾਹਮਣੇ ਨਹੀਂ ਆਇਆ ਪੋਣਾ ਸਾਡੇ ਕੋਲ ਤੇ ਪੈ ਹੈਗਾ ਚੱਲ ਕੋ ਜਾ ਇੱਥੇ ਲਾਇਆ ਧੁੱਪੇ ਜੇ ਇੱਥੇ ਚੀਜ਼ਾਂ ਰੱਖਣਾ ਧੁੱਪੇ ਖਾਓ ਬੂਆ ਮਾਰਿਆ ਭਾਵੇਂ ਬੂਹੇ ਦਾ ਹੀ ਹੈ ਸਾਰੇ ਕੁੱਤਾ ਬਿੱਲੀ ਦਾ ਹੋਰ ਤੁਹਾਨੂੰ ਪੱਕਾ ਤੇ ਕਿੰਨੇ ਕੁ ਜਾਣੇ ਭਰਜਾਈ ਮਰ ਗਈ ਉਦਣ ਤਾਂ ਅਸੀਂ ਆ ਗਏ ਰਾਤ ਜਿੱਦਣ ਭੋਗ ਸੀ ਉਦਣ ਫਿਰ ਅਸੀਂ ਰਾਤ ਰਹੇ ਸੰਭਾਲਣਾ ਸੰਭਾਲਣਾ ਵੀ ਨਾਲ ਫਿਰ ਭਾਬੀ ਵੀ ਰਹੀ ਆਖੇ ਮੈਂ ਨੀ ਰਹਿਣਾ ਇਕੱਲੀ ਗੰਜੀ ਆਖੇ ਤੇਰੇ ਤੋਂ ਬਗੈਰ ਤੂੰ ਹੀ ਚੱਲ ਚੱਲੀ ਤੇ ਮੈਂ ਨੀ ਰਹਿਣਾ ਇਕੱਲੀ ਫਿਰ ਮੈਂ ਰਹਿ ਪਈ ਫਿਰ ਅਸੀਂ ਇਸ ਵੇਲੇ ਬੂਟੀਆਂ ਬੂਟੀਆਂ ਕਾ ਕੇ ਸਾਰੀ ਸਫਾਈ ਕਰਾ ਕੇ ਅੱਗ ਵੇਖੀ ਚੱਲ ਰਹੀ ਹੈ ਲੱਸੀ ਲੱਸੀ ਕੱਢ ਲਓ ਜੀਰਾ ਪਾਤਾ ਜੀਰਾ ਨਮਕ ਪਾਤਾ ਉਹਦੇ ਚ ਲੱਸੀ ਇੱਥੇ ਬੋਰੀ ਵਿਛਾ ਲਾ ਤੇ ਥੱਲੇ ਬਹਿ ਜਾ ਮੇਰੇ ਮੈਂ ਪੱਕ ਗਈ ਕਿ ਇਹ ਕਿਤੇ ਵੀ ਸੋਣੀ ਪੱਕਣ ਨਹੀਂ ਇੱਥੇ ਬੋਰੀ ਵਿਛਾ ਲਾ ਇੱਧਰ ਆ ਜਾ ਦੋਵੇਂ ਜਾਣੇ ਖਾਓ ਮੈਂ ਪਕਾਈ ਨਾਲੇ ਚੌਲ ਲਾਇਆ ਨਾਲੇ ਉਹ ਸਬਜ਼ੀ ਲਾਇਆ ਜਿਹੜੀ ਚੀਜ਼ ਹੈ ਨਹੀਂ ਸਬਜ਼ੀ ਹੁਣ ਹਾਂ ਲੈ ਵੀ ਲੱਸੀ ਪਾ ਦੇ ਥੋੜੀ ਜਿਹੀ ਗਲਾਸ ਖਾਓ ਕਿ ਖਾਣੀ ਕਿ ਨਹੀਂ
ਸਾਡੇ ਮਰੇ ਚ ਬਣਾਉਣੀ ਲੱਸੀ ਮਿਲਦੀ ਹੈ ਰੱਬੋ ਲੜਕੀ ਮੈਨੂੰ ਚੇਤਾ ਸੀ ਸਵੇਰੇ ਮੈਂ ਤੁਹਾਡੇ ਕੰਨ ਦੇ ਵੀ ਸੀ ਮੈਂ ਵੀ ਲੋ ਲੱਸੀ ਹੈਗੀ ਹੈਗੀ ਪਾ ਲਾ ਮੈਂ ਆਪੇ ਜਿੰਨੀ ਜੀ ਕੀਤਾ ਪਾ ਲਈ ਚਟਨੀ ਚਟਨੀ ਬੜੀ ਸਵਾਦ ਬਣਾਉਂਦੀ ਹੈ ਫਿਰ ਪਤਾ ਕੀ ਕਰ ਲਓ ਆਖਣ ਨੂੰ ਚਟਨੀ ਖਵਾ ਸਬਜ਼ੀ ਦਾ ਨਹੀਂ ਜਾਣਾ ਆਉਂਦੇ ਸਬਜ਼ੀਆਂ ਤਾਂ ਉੱਥੇ ਖਾਂਦੇ ਨਹੀਂ ਮੈਨੂੰ ਤਾਂ ਚਟਨੀ ਨਾਲ ਬੜੀ ਸਵਾਦ ਲੱਗਦੀ ਹੈ ਆਹੋ ਮੈਂ ਤਾਂ ਆਪ ਚਟਨੀ ਬੜੀ ਖੁਸ਼ ਹੋ ਕੇ ਖਾਂਦੀ ਹਾਂ ਹਾਂ ਗਰਮ ਨਾਲ ਖਾਇਆ ਕਰੂੰਗੀ ਗਰਮ ਨਾਲ ਚਾਰ ਵਿੱਚ ਹਾਂ ਚੱਕਰ ਜੰਬੋਰੀ ਵੀ ਸਾਰਾ ਮੇਰੇ ਨਾਲ ਬਣਾਇਆ ਕੀ ਹਾਂ ਉਹ ਥਾਲ ਕਿਹੜਾ ਕਰਾਂ ਦੋ ਤਿੰਨ ਥਾਲੀਆਂ ਚਿੱਕੇ ਜੀ ਰੱਖਾਂ ਇੱਥੇ ਲਾਇਆ ਤੂੰ ਉੱਥੇ ਬਹਿ ਕੇ ਨਾ ਆਪਾਂ ਜੁੱਤੀ ਪਰਾਂ ਕਰਦੇ ਤੇ ਇੱਥੇ ਆ ਜਾ ਸਬਜ਼ੀ ਵੀ ਲਾਇਆ ਉਹ ਚੌਲ ਚੌਲ ਜੱਚੀ ਜੀ ਕਰੋ ਰੱਖਾ ਦੇ ਪਾਣੀ ਆਵੇ ਪਿਆ ਪਾਣੀ ਵੀ ਰੱਖ ਲਓ ਪਾਣੀ ਦੀ ਲੋੜ ਨਹੀਂ ਆਈ ਅੱਛਾ ਚਲ ਅਸੀਂ ਪਿੰਡ ਹੈ ਪਰ ਸ਼ਹਿਰਾਂ ਵਰਗੂ ਕਰਦੇ ਹਾਂ ਰੋਟੀ ਪਾਣੀ ਹੋਰ ਪਿੰਡ ਜ਼ਿਆਦਾ ਕਰਦੇ ਨੇ ਨਹੀਂ ਗੱਲ ਕਰਦੇ ਹੋਏ ਕੋਈ ਨਮਕ ਉੱਤੇ ਚੱਕ ਨਮਕ ਚੱਕ ਤੇ ਕਰਕੇ ਵੇਖਿਆ ਜਾ ਨਮਕ ਮੈਂ ਨਹੀਂ ਕਰਦੀ ਨਹੀਂ ਕਰਦੀ ਖਾ ਲੈ ਤੂੰ ਇੱਧਰ ਆ ਜਾ ਦੋ ਜਾਣੇ ਖਾਓ ਦੋ ਜਾਣੇ ਖਾਓ ਖਾਲਾ ਬਹਿ ਜਾ ਜਾਂ ਮੰਜੀ ਤੇ ਬਹਿ ਜਾਓ ਗੈਸ ਤੇ ਪੁੱਤ ਪੱਕ ਦੀ ਇੱਥੇ ਬਿੱਲੀ ਵੇਲੇ ਕਿ ਬਿੱਲੀ ਕਿਆ ਕਿਆ ਕਰ ਗਈ ਜੁੱਤੀ ਪਰਾਂ ਕਰ ਜਿੱਦਣ ਆਊਗਾ ਉੱਥੋਂ ਇੱਧਰ ਨੂੰ ਆਊ ਸ਼ਹਿਰ ਬੈਂਗਣਾ ਲੈ ਕੇ ਆਊ ਕਿਉਂਕਿ ਮੈਨੂੰ ਬੈਂਗਣਾ ਦੀ ਸਬਜ਼ੀ ਤੋਂ ਬਣਾ ਕੇ ਦੇ
ਮੋਰ ਨਹੀਂ ਬਣਾ ਪਾਣੀ ਪਾ ਦਿੰਦੀ ਘਰ ਪਾਣੀ ਪਾ ਵੇਖ ਲੈ ਭਾਈ ਨੂੰ ਸਵਾਦ ਹੈ ਬਹੁਤ ਜ਼ਿਆਦਾ ਕਿਹੋ ਜਿਹੇ ਬਣੇ ਨੇ ਵਧੀਆ ਬਣੇ ਲੱਸੀ ਕਿਹੋ ਜਿਹੀ ਹੈ ਮਿੱਠਾ ਠੀਕ ਹਾਂ ਇਹਦੇ ਲਾਲ ਦੀ ਹੁੰਦੀ ਤੂੰ ਪਾਣੀ ਛੋਟੀ ਦੀ ਮਿੱਟੀ ਉਹਨੂੰ ਡੱਬਾ ਭਰ ਕੇ ਘੱਲਿਆ ਕੀ ਕਰਦੀ ਆਉਂਦੀ ਸਾਰਿਆਂ ਨੂੰ ਚਾਰ ਦਿਨ ਸਾਨੂੰ ਮਿੱਟੀ ਬਣਦੀ ਜਸੇ ਤੇ ਵਿਆਹ ਤੇ ਆਉਂ ਨਾ ਮੈਂ ਮਿਰਚਾਂ ਪਵਾ ਕੇ ਲੈ ਜਾਵਾਂਗੀ ਅਸੀਂ ਗੋਬਿੰਦਗੜ੍ਹ ਤੁਹਾਨੂੰ ਲੈ ਆਵਾਂਗੇ ਆਹੋ ਪਾ ਕੇ ਦੇ ਦਿੰਦੇ ਡੱਬਾ ਵਿੱਚ ਠੀਕ ਹੈ ਨਾ ਹਾਂ ਇਹ ਚੀਜ਼ ਜਵਾਨ ਵੀ ਪਾਈ ਹਾਂ ਤਾਂ ਹੀ ਸਵਾਦ ਹੈ ਨਹੀਂ ਤਾਂ ਨਹੀਂ ਆਦਿ ਪਾ ਛੱਡੂਗੀ ਤੇ ਅੱਗੇ ਮੋਹਣਾ ਵੀ ਲੈ ਜਾਂਦਾ ਹੁੰਦਾ ਚਾਹ ਕੁੜੀ ਜਦੋਂ ਦੀ ਚਲੇ ਗਈ ਉਦੋਂ ਦਾ ਨਹੀਂ